ਉਹਨਾਂ ਦੇ ਨਾਮ ਤੋਂ ਬਿਆਨ ਜਾਰੀ ਕਰਤਾ, ਕਦੇ ਕਿਸੇ ਦੇ ਨਾਮ ਤੋਂ ਬਿਆਨ। ਅਕਾਲੀ ਦਲ ਨੂੰ ਬਦਨਾਮ ਕਰੀਏ ਤਾਂ ਕਿ ਜਿਹੜੀ ਇਹ ਵਹੀਰਾਂ ਕੱਤ ਕੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਰ ਪਏ ਨੇ, ਇਹਨਾਂ ਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਠੱਲ ਪਾਈਏ। ਪਰ ਇਹ ਹੁਣ ਹਨੇਰੀ ਉੱਠਣੀ ਆਉਣ ਵਾਲੇ ਦਿਨਾਂ 'ਚ ਇਹ ਹਨੇਰੀ ਉੱਠਣੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਥੇਦਾਰ ਜੀ ਨੇ ਤੁਹਾਨੂੰ ਪਹਿਲਾਂ ਦੱਸਿਆ ਕਿ ਜਿੱਥੇ ਆਪਾਂ ਕੰਮ ਛੱਡ ਕੇ ਗਏ ਸੀ 2000 ਚਲੋ ਪਿਛਲੇ ਹੁਣ 2017 'ਚ, ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਫਿਰ ਪੱਲਾ ਫਿਰਿਆ। ਮੈਂ ਇਹਨਾਂ ਦਾ ਆਪਣੇ ਮਨ ਦੀਆਂ ਗਹਿਰਾਈਆਂ ਤੋਂ ਤਹਿ ਦਿਲੋਂ ਧੰਨਵਾਦ ਕਰਦਾ। ਬਹੁਤ ਵਧੀਆ ਪਰਿਵਾਰ ਦਾ ਨਾਮ ਹੈ, ਆਪਣੇ ਪਰਿਵਾਰਕ ਮੈਂਬਰਾਂ ਨੂੰ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਰ ਟਹਿਲ ਸਿੰਘ ਜੀ ਅਤੇ ਸਰ ਸ਼ੇਰ ਸਿੰਘ ਜੀ ਅਤੇ ਉਹਨਾਂ ਦਾ ਬੱਚਾ ਗਗਨਦੀਪ, ਸਮੁੱਚੇ ਸਾਰੇ ਪਰਿਵਾਰਾਂ ਨੇ ਇਕੱਠੇ ਹੋ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ। ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਮਜ਼ਬੂਤੀ ਮਿਲੀ ਹੈ, ਬਹੁਤ ਵੱਡਾ ਫਲ ਮਿਲਿਆ। ਪਰਿਵਾਰ ਵੀ ਬਹੁਤ ਵਧੀਆ ਨੇ, ਸਾਰੇ ਪਿੰਡ ਨੇ ਇਸ ਨਗਰ ਦੀ ਸਿਫਤ ਵੀ ਕੀਤੀ ਹੈ। ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀਆਂ ਨੂੰ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਨਿਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀਆਂ ਝੂਠੀਆਂ ਆਈਡੀਆਂ ਬਣਾ ਕੇ ਝੂਠੀਆਂ ਖਬਰਾਂ ਲਾਉਂਦੇ ਹੋ, ਤੁਸੀਂ ਜ਼ਮੀਨੀ ਪੱਧਰ ਤੋਂ ਹਿੱਲ ਚੁੱਕੇ ਹੋ। ਜ਼ਮੀਨੀ ਪੱਧਰ 'ਤੇ ਲੋਕਾਂ ਨੇ ਤੁਹਾਨੂੰ ਹਿਲਾ ਦਿੱਤਾ, ਕਿਉਂਕਿ ਝੂਠੀਆਂ ਸਾਹਾਂ ਸਾ ਕੇ ਪੰਜਾਬ ਨੂੰ ਤੁਸੀਂ ਲੁੱਟ ਕੇ ਲੈ ਗਏ। ਅੱਜ ਦਲਿਤ ਵੀ ਰੋ ਰਿਹਾ, ਗਰੀਬ ਵੀ ਰੋ ਰਿਹਾ, ਕਿਸਾਨ ਵੀ ਰੋ ਰਿਹਾ, ਵਪਾਰੀ ਵੀ ਰੋ ਰਿਹਾ। ਯੂਥ ਦਾ ਤੁਸੀਂ ਨਾਸ ਵਰਤ ਕੇ ਰੱਖਤਾ, ਜਿਸ ਤਰੀਕੇ ਦਾ ਹਾਲਾਤ ਰੱਖ ਰਹੇ ਨੇ। ਆਉਣ ਵਾਲੀ 2022 ਦੀ ਜਿਹੜੀ ਚੋਣ ਹੈ, ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੇ ਮਾਰਜੇ ਨਾਲ ਜਿੱਤੂਗੀ, ਇਤਿਹਾਸ ਕਾਇਮ ਕਰੂਗਾ। ਕਿਉਂਕਿ ਸਾਰੀਆਂ ਵਿਰੋਧੀ ਪਾਰਟੀਆਂ ਉਹਨਾਂ ਡਰ ਪੈ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਰਿਹਾ, ਇਹਦੇ ਖਿਲਾਫ਼ ਕੋਈ ਨਾ ਕੋਈ ਝੂਠਾ ਪ੍ਰਚਾਰ ਕਰੀਏ। ਪਹਿਲਾਂ ਵੀ ਝੂਠੇ ਪ੍ਰਚਾਰ ਬਹੁਤ ਕੀਤੇ, ਲੇਕਿਨ ਉਹਨਾਂ ਝੂਠੇ ਪ੍ਰਚਾਰ ਕਰਕੇ ਫਾਇਦਾ ਉਠਾ ਰਹੇ। ਐਤਕੀ ਝੂਠੇ ਪ੍ਰਚਾਰ ਦਾ ਇਹਨਾਂ ਨੂੰ ਫਾਇਦਾ ਨਹੀਂ ਮਿਲਣਾ। ਐਤਕੀ ਜੋ ਕੁਛ ਮਰਜ਼ੀ ਕਰ ਲੈਣ, ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਕਰੂੰਗੀ। ਮੈਂ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ। ਅੱਜ ਸ਼੍ਰੋਮਣੀ ਅਕਾਲੀ ਦਲ ਲਈ, ਹਲਕਾ ਸਾਹਨੇਵਾਲ ਲਈ ਬਹੁਤ ਵੱਡਾ ਦਿਨ ਹੈ। ਬੜੀ ਵੱਡੀ ਗਿਣਤੀ ਦੇ ਵਿੱਚ ਪਿੰਡ ਨੂਰਵਾਲਾ ਵਿਖੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਨੇ। ਅਤੇ ਇਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਖੁਸ਼ੀ ਵਾਲੀ ਗੱਲ ਹੈ ਕਿ ਯੂਥ ਦੀ ਬਹੁਤ ਵੱਡੀ ਗਿਣਤੀ ਹੈ। ਕਿਉਂਕਿ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਜੇ ਸਭ ਤੋਂ ਜ਼ਿਆਦਾ ਨੁਕਸਾਨ ਝੱਲਣਾ ਪਿਆ, ਉਹ ਇਸ ਕਰਕੇ ਪਿਆ ਸੀ ਕਿਉਂਕਿ ਯੂਥ ਕਿਸੇ ਨਾ ਕਿਸੇ ਕਾਰਨ ਕਰਕੇ ਵਿਰੋਧੀ ਧਿਰ ਦੀਆਂ ਗੱਲਾਂ ਦੇ ਵਿੱਚ ਗੁਮਰਾਹ ਹੋ ਗਏ ਸੀ। ਪਰ ਹੁਣ ਯੂਥ ਆਪ ਸਹਾਰੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਿਹਾ। ਅੱਜ ਗਗਨਦੀਪ ਅਤੇ ਇਹਦੀ ਸਮੁੱਚੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਦਾ ਮਨ ਬਣਾਇਆ। ਅਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਕੇਵਲ ਇਸ ਪਿੰਡ ਤੋਂ ਬਲਕਿ ਪੂਰੇ ਸਾਹਨੇਵਾਲ ਤੋਂ ਬਹੁਤ ਵੱਡੀ ਲੀਡ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਇੱਥੋਂ ਜਿੱਤੂਗਾ। ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਅਸੀਂ 2022 ਦੀ ਇਲੈਕਸ਼ਨ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਅੱਜ ਜੋ ਸਮੁੱਚੀ ਟੀਮ ਆਈ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ। ਅੱਜ ਬੜੀ ਵੱਡੀ ਗਿਣਤੀ ਵਿੱਚ ਬੜੇ ਵੱਡੇ ਪਰਿਵਾਰ ਜਿਨ੍ਹਾਂ ਦੀਆਂ ਇੱਕ ਇੱਕ ਪਰਿਵਾਰ ਦੀ 100-100 ਵੋਟ ਹੈ। ਸੋ ਜੇ ਆਪਾਂ ਕੁੱਲ ਬਣਾ ਕੇ ਲਈਏ ਤਾਂ ਘੱਟੋ ਘੱਟ 400-500 ਵੋਟ ਦਾ ਅੱਜ ਫਰਕ ਇਸ ਇਕੱਲੇ ਪਿੰਡ ਦੇ ਵਿੱਚ।